ਜੰਮੂ ਕਸ਼ਮੀਰ ਦੇ ਇਸ ਪੈਰਾ ਕ੍ਰਿਕਟਰ ਨੂੰ ਮਿਲਣ ਦੇ ਵਾਸਤੇ ਸ਼ੁਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਨੇ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਇਸ ਦੀ ਖਾਸੀਅਤ ਇਹ ਹੈ ਕਿ ਇਹ ਬਿਨਾਂ ਹੱਥਾਂ ਤੋਂ ਸਿਰਫ ਆਪਣੇ ਮੋਢਿਆਂ ਦੇ ਸਹਾਰੇ ਕ੍ਰਿਕਟ ਖੇਡਦਾ ਹੈ ਅਤੇ ਇਸ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਅਤੇ ਵੱਡੀ ਅਤੇ ਹੈਰਾਨੀ ਕਰਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਦੇ ਫੈਨਸ ਦੀ ਲਿਸਟ ਦੇ ਵਿੱਚ ਸਚਿਨ ਤੇਂਦੁਲਕਰ ਦਾ ਨਾਮ ਵੀ ਆਉਂਦਾ ਹੈ ਅਤੇ ਉਹਨਾਂ ਨੇ ਵੀ ਇਸ ਨੂੰ ਮਿਲਣ ਦੇ ਵਾਸਤੇ ਉਮੀਦ ਜ਼ਾਹਿਰ ਕੀਤੀ ਹੈ। ਜੰਮੂ ਕਸ਼ਮੀਰ ਦੇ ਆਮਿਰ ਹੁਸੈਨ ਲੋਨ ਨੇ ਮਹਾਨ ਸਚਿਨ ਤੇਂਦੁਲਕਰ ਨੂੰ ਮਿਲਣ ਦੀ ਇੱਛਾ ਜਤਾਈ ਸੀ ਅਤੇ ਇੱਕ ਵਾਰ ਕਿਹਾ ਸੀ ਕਿ ਜੇ ਰੱਬ ਨੇ ਚਾਹਿਆ ਅਸੀਂ ਜਲਦੀ ਮਿਲਾਂਗੇ। ਇੰਝ ਲੱਗਦਾ ਹੈ ਕਿ ਰੱਬ ਨੇ ਇਸ ਦੀ ਜੋ ਗੱਲ ਹੈ ਉਸ ਨੂੰ ਨੇੜੇ ਹੋ ਕੇ ਸੁਣ ਲਿਆ ਹੈ, ਕਿਉਂਕਿ ਮਾਸਟਰ ਬਲਾਸਟਰ ਖੁਦ ਇਸ ਦੇ ਨਾਮ ਦੀ ਜਰਸੀ ਪਾਉਣ ਦੇ ਵਾਸਤੇ ਬੇਤਾਬ ਨੇ। ਜੀ ਹਾਂ, ਆਮਿਰ ਹੁਸੈਨ ਲੋਨ ਬਾਰੇ ਖਾਸ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ, ਪਰੰਤੂ ਵੱਡੀ ਗੱਲ ਇਹ ਹੈ ਕਿ ਜੰਮੂ ਕਸ਼ਮੀਰ ਦੇ ਇਸ ਨੌਜਵਾਨ ਨੇ ਆਪਣਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਦਿੱਤਾ ਹੈ। ਜੰਮੂ ਕਸ਼ਮੀਰ ਦੇ ਵਿਜੇ ਬਿਹਾਰਾ ਜ਼ਿਲ੍ਹੇ ਦੇ ਵਗਾਮਾ ਪਿੰਡ ਦੇ ਵਿੱਚ 34 ਸਾਲਾਂ ਇਹ ਕ੍ਰਿਕਟਰ ਜੋ ਹੈ ਇਹ ਖਾਸ ਤੌਰ ਦੇ ਉੱਪਰ ਬਿਨਾਂ ਹੱਥਾਂ ਤੋਂ ਖੇਡਣ ਦੇ ਕਰਕੇ ਕਾਫੀ ਜ਼ਿਆਦਾ ਮਸ਼ਹੂਰ ਹੈ। ਆਮਿਰ ਹੁਸੈਨ, ਜਿਸਨੇ ਕਿ ਸਿਰਫ 8 ਸਾਲ ਦੀ ਉਮਰ ਦੇ ਵਿੱਚ ਇੱਕ ਦੁਰਘਟਨਾ ਦੇ ਦਰਮਿਆਨ ਆਪਣੇ ਦੋਵੇਂ ਹੱਥ ਗੁਆ ਦਿੱਤੇ ਸੀ, ਉਸਦੀ ਇੱਕ ਵਿਲੱਖਣ ਖੇਡ ਸ਼ੈਲੀ ਹੈ ਜਿੱਥੇ ਕਿ ਉਹ ਆਪਣੇ ਮੋਢੇ ਅਤੇ ਗਰਦਨ ਦੇ ਵਿਚਕਾਰ ਇਸ ਤਰ੍ਹਾਂ ਦੇ ਨਾਲ ਬੈਟ ਨੂੰ ਫੜ ਕੇ ਬੱਲੇਬਾਜ਼ੀ ਕਰਦਾ ਹੈ ਅਤੇ ਆਪਣੇ ਪੈਰਾਂ ਦੀ ਵਰਤੋਂ ਕਰਕੇ ਗੇਂਦਬਾਜ਼ੀ ਕਰਦਾ ਹੈ ਕਿ ਲੋਕ ਉਸ ਨੂੰ ਵੇਖ ਕੇ ਹੱਕੇ ਬੱਕੇ ਰਹਿ ਜਾਂਦੇ ਨੇ। ਜੰਮੂ ਕਸ਼ਮੀਰ ਪੈਰਾ ਕ੍ਰਿਕਟ ਦੇ ਕਪਤਾਨ ਆਮਿਰ ਹੁਸੈਨ ਹਾਲ ਹੀ ਦੇ ਵਿੱਚ ਉਸ ਸਮੇਂ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਏ ਜਦੋਂ ਉਹਨਾਂ ਦੀ ਬੱਲੇਬਾਜ਼ੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਗਿਆ। ਵੀਡੀਓ ਵੇਖ ਕੇ ਸਚਿਨ ਤੇਂਦੁਲਕਰ ਹੈਰਾਨ ਰਹਿ ਗਏ ਅਤੇ ਉਹਨਾਂ ਨੇ ਇਸ ਦੇ ਬਾਰੇ 'ਚ ਟਵੀਟ ਵੀ ਕੀਤਾ ਅਤੇ ਉਹਨਾਂ ਕਿਹਾ ਕਿ ਭਵਿੱਖ ਦੇ ਵਿੱਚ ਆਮਿਰ ਹੁਸੈਨ ਨੂੰ ਮਿਲਣ ਦੀ ਕਾਮਨਾ ਕਰਦਾ ਹਾਂ। ਉਹਨਾਂ ਕਿਹਾ ਕਿ ਆਮਿਰ ਨੇ ਅਸੰਭਵ ਨੂੰ ਸੰਭਵ ਕਰ ਦਿੱਤਾ, ਮੈਂ ਇਸ ਨੂੰ ਵੇਖ ਕੇ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ। ਇਸ ਤੋਂ ਇਲਾਵਾ ਉਹਨਾਂ ਨੇ ਕਾਫੀ ਜ਼ਿਆਦਾ ਪਿਆਰ ਦਿਖਾਉਂਦਿਆਂ ਉਹਨਾਂ ਦੇ ਬਾਰੇ ਵਿੱਚ ਤਾਰੀਫਾਂ ਕੀਤੀਆਂ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਮੀਦ ਹੈ ਕਿ ਉਸ ਨੂੰ ਇੱਕ ਦਿਨ ਜ਼ਰੂਰ ਮਿਲਾਂਗਾ ਅਤੇ ਉਸ ਦੇ ਨਾਮ ਵਾਲੀ ਜਰਸੀ ਵੀ ਪਾਵਾਂਗਾ। ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੇ ਇਸ ਸ਼ਖਸ ਦੀਆਂ ਤਾਰੀਫਾਂ ਚਾਰ ਚੁਫੇਰੇ ਹੋ ਰਹੀਆਂ ਨੇ, ਜਿਸ ਕਰਕੇ ਇੱਕ ਵਾਰ ਫੇਰ ਤੋਂ ਆਮਿਰ ਹੁਸੈਨ ਲੋਨ ਚਰਚਾਵਾਂ ਦੇ ਵਿੱਚ ਆ ਗਏ ਨੇ। ਪਹਿਲਾ 2013 ਮੈਂ ਹਮਨੇ ਨੈਸ਼ਨਲ ਖੇਲਾ ਥਾ, ਉਸਕੇ ਬਾਅਦ ਫਿਰ ਹਰੇਕ ਇੰਡੀਆ ਮੈਂ, ਫਿਰ 2018 ਮੈਂ ਬੰਗਲਾਦੇਸ਼ ਨੈਸ਼ਨਲ ਇੰਟਰਨੈਸ਼ਨਲ ਮੈਚ ਖੇਲਣੇ ਗਏ, ਫਿਰ ਉਸਕੇ ਬਾਅਦ ਨੇਪਾਲ ਔਰ ਸ਼ਾਰਜਾ ਦੁਬਈ ਗਏ ਖੇਲਣੇ ਕੇ ਲੀਏ। ਇਨ ਜਗਹੋਂ ਪਰ ਮੈਨੇ ਕ੍ਰਿਕਟ ਖੇਲਾ ਹੈ, ਲੇਕਿਨ ਜਹਾਂ ਤੱਕ ਕ੍ਰਿਕਟ ਕਾ ਸਵਾਲ ਹੈ, ਜੋ ਇੱਕ ਪੈਰ ਸੇ ਗੇਂਦਬਾਜ਼ੀ ਕਰਨਾ ਔਰ ਫਿਰ ਨੇਕ ਔਰ ਸ਼ੋਲਡਰ ਕੇ ਦਰਮਿਆਨ ਬੱਲਾ ਪਕੜਨਾ, ਵੋ ਇੱਕ ਅਨੋਖਾ ਥਾ, ਕਿਉਂਕਿ ਲੋਕ ਜਬ ਦੇਖਤੇ ਹੈ ਕਿ ਪੈਰ ਸੇ ਗੇਂਦਬਾਜ਼ੀ ਕਰਨਾ ਔਰ ਵੋ ਵੀ ਟਰ ਪਰ, ਔਰ ਸਭੀ ਨੇ ਜੋ ਹੈ ਇਸ ਪੇ ਬਹੁਤ ਹੈਰਾਨ ਹੋ ਗਏ ਇਸ ਬਾਤ ਪਰ ਕਿ ਕੈਸੇ ਯੇ ਗੇਂਦਬਾਜ਼ੀ ਕਰਤਾ ਹੈ। ਲੇਕਿਨ ਮੈਂ ਅੱਲਾਹ ਤਾਲਾ ਕਾ ਲਾਖ ਲਾਖ ਸ਼ੁਕਰ ਅਦਾ ਕਰਤਾ ਹੂੰ। ਪਿਕਲ ਐਂਟਰਟੇਨਮੈਂਟ ਜੋ ਹੈ ਹਮਾਰੇ ਉੱਪਰ ਮੂਵੀ ਬਣਾ ਰਹੀ ਹੈ, ਬਸ ਉਸਮੇ ਕਿ ਅਨਾਊਂਸ ਹੋਣੇ ਵਾਲਾ ਬਾਕੀ ਹੈ, ਤੋ ਇਨਸ਼ਾਅੱਲਾ ਵੋ ਵੀ ਆਨੇ ਵਾਲੀ ਹੈ। ਬਿਊਰੋ ਰਿਪੋਰਟ, ਵਰਲਡ ਪੰਜਾਬੀ ਟੀਵੀ।